ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਸੁਰਖਾਬ ਚੰਦ। ਦੋਸਤੋ, ਇਸ ਸਮੇਂ ਤੇਲ ਦੀਆਂ ਕੀਮਤਾਂ ਨੇ, ਡੀਜ਼ਲ ਦੀਆਂ ਕੀਮਤਾਂ ਨੇ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਦੇ ਵਿੱਚ ਗੱਲ ਕਰੀਏ ਤਾਂ 85 ਰੁਪਏ ਪੈਟਰੋਲ ਪਹੁੰਚ ਚੁੱਕਿਆ ਆ, ਜੋ ਕਿ ਸਭ ਤੋਂ ਵੱਡੀ ਕੀਮਤ ਦੱਸੀ ਜਾ ਰਹੀ ਹੈ ਇਸ ਸਮੇਂ ਦੀ, ਅਤੇ ਦਿਨ ਬ ਦਿਨ ਰੁਪਈਏ ਦਾ ਪੱਧਰ ਡਿੱਗਦਾ ਜਾ ਰਿਹਾ। ਸੋ ਲੋਕਾਂ ਤੋਂ ਜਾਣਦੇ ਹਾਂ ਕਿ ਪੈਟਰੋਲ ਦੀਆਂ ਕੀਮਤਾਂ ਵਧਣ ਨਾਲ ਉਹਨਾਂ 'ਤੇ ਕਿੰਨਾ ਕੁ ਫਰਕ ਪਿਆ ਆ ਅਤੇ ਇਸ ਵਕਤ ਉਹਨਾਂ ਦੇ ਕੀ ਹਾਲਾਤ ਨੇ? ਕੋਈ ਫਰਕ ਨਹੀਂ ਪੈਂਦਾ ਜੀ, ਅੱਜ ਕੱਲ੍ਹ ਲੋਕਾਂ ਨੂੰ ਬਥੇਰੇ ਸੋਰਸ ਹੈ ਲੋਕਾਂ ਕੋਲ ਇਨਕਮ ਦੇ, ਠੀਕ ਹੈ ਨਾ। ਨੋਟਬੰਦੀ ਤੋਂ ਬਾਅਦ ਸਾਰਾ ਵਾਈਟ ਮਨੀ ਹੈ, ਸਾਰਾ ਲੋਕ ਖਰਚ ਰਹੇ ਹੈ, ਕੀ ਫਰਕ ਪਿਆ? ਭੀੜ ਤੁਸੀਂ ਦੇਖ ਸਕਦੇ ਹੋ। ਅਗਰ ਫਰਕ ਪੈਂਦਾ ਤਾਂ ਜਿਵੇਂ ਜਰਮਨੀ 'ਚ ਲੋਕਾਂ ਨੇ ਕਾਰਾਂ ਸੜਕ 'ਤੇ ਹੀ ਛੱਡ ਕੇ ਚਲੇ ਗਏ ਸੀ ਕਿ ਤੇਲ ਵੱਧ ਗਿਆ, ਅਸੀਂ ਨਹੀਂ ਚਲਾਉਣੀਆਂ ਹੁਣ। ਇਸ ਤਰ੍ਹਾਂ ਦੀ ਤਾਂ ਜਥੇਬੰਦੀ ਕੋਈ ਵੀ ਨਹੀਂ ਹੈਗੀ, ਕੋਈ ਵੀ ਇਸ ਤਰ੍ਹਾਂ ਕੋਪਰੇਟ ਨਹੀਂ ਕਰ ਰਿਹਾ, ਅਤੇ ਫਿਰ ਕੀ ਫਰਕ ਪਿਆ ਲੋਕਾਂ ਨੂੰ? ਇਕੱਠੇ ਹੋਣਗੇ ਨਹੀਂ, ਕੋਈ ਧਰਮ ਦੇ ਨਾਂ 'ਤੇ ਵੰਡਤੇ, ਕੋਈ ਨੌਕਰੀਆਂ ਦੇ ਨਾਮ 'ਤੇ ਵੰਡਤੇ, ਕੋਈ ਪ੍ਰਦੇਸ਼ ਦੇ ਨਾਮ 'ਤੇ, ਕੋਈ ਭਾਸ਼ਾ ਦੇ ਨਾਮ 'ਤੇ ਵੰਡ ਦਿੱਤੇ। ਜਦੋਂ ਲੋਕ ਇਕੱਠੇ ਹੀ ਨਹੀਂ ਹੋਣਗੇ, ਸਰਕਾਰ ਨੂੰ ਕਿਹਨੇ ਸ਼ੀਸ਼ਾ ਦਿਖਾਉਣਾ? ਜਦੋਂ ਸ਼ੀਸ਼ਾ ਹੀ ਨਹੀਂ ਦਿਖਾ ਸਕਦੇ ਤੁਸੀਂ ਸਰਕਾਰ ਨੂੰ, ਕੀ ਕਰੋਗੇ? ਕੁਛ ਨਹੀਂ ਹੋ ਸਕਦਾ। ਅੱਛੇ ਹੀ ਅੱਛੇ ਦਿਨ ਹੈ ਜੀ, ਦੇਖੋ ਗੱਡੀਆਂ ਦੀ ਵਿਕਰੀ ਵਧੀ ਹੈ, 8.2 GDP ਦਿਖਾ ਰਹੇ ਹੈ, ਅਤੇ ਅੱਛੇ ਹੀ ਦਿਨ ਹੈ। ਮਾੜੇ ਕਿੱਥੇ ਹੈ? ਮਾੜੇ ਤਾਂ ਆਮ ਆਦਮੀ ਵਾਸਤੇ ਹੈ, ਚੰਗਿਆਂ ਵਾਸਤੇ ਤਾਂ ਉਸ ਤੋਂ ਵੀ ਜ਼ਿਆਦਾ ਚੰਗੇ ਹੋ ਗਏ ਨੇ। ਸਧਾਰਨ ਆਦਮੀ ਵਾਸਤੇ ਮਾੜੇ ਦਿਨ ਉਹਨੂੰ ਕੋਈ ਗਿਣਦਾ ਨਹੀਂ ਗਾ। 25% ਆਬਾਦੀ 30% ਗਰੀਬੀ ਰੇਖਾ ਤੋਂ ਥੱਲੇ ਹੈ, ਉਹ ਕਦੇ ਕਿਸੇ ਪੋਲਿਸੀ 'ਚ ਆਉਂਦੀ ਨਹੀਂ। 50% ਆਬਾਦੀ ਮਿਡਲ ਕਲਾਸ ਹੈ, ਉਹਨੂੰ ਕੋਈ ਨਹੀਂ ਗਿਣਦਾ। ਬਾਕੀ 25% ਲਈ ਚੰਗੇ ਹੀ ਦਿਨ ਹੈ ਜੀ, ਕੀ ਮਾੜਾ ਉਸ 'ਚ? ਕੁਛ ਵੀ ਮਾੜਾ ਨਹੀਂ ਹੈਗਾ ਜੀ। ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਘਟਾਵੇ ਜੀ, ਬਹੁਤ ਬੁਰਾ ਹਾਲ ਹੈ। ਅੱਛੇ ਦਿਨ ਤਾਂ ਆਏ ਵੀ, ਹੁਣ ਇੰਨਾ 72-73 ਰੁਪਏ ਡੀਜ਼ਲ ਹੋ ਗਿਆ, ਅੱਛੇ ਦਿਨਾਂ ਦੀ ਨਿਸ਼ਾਨੀ ਹੈ। ਬਹੁਤ ਫਰਕ ਪਈ, ਅੱਗੇ 3300 ਟੈਂਕੀ ਫੁੱਲ ਹੋ ਜਾਂਦੀ, ਹੁਣ 4400  'ਚ ਆਉਂਦੀ। ਘਰ ਦੇ ਹਾਲਾਤ ਹੀ ਦੇਖ ਲਓ, ਹੁਣ ਜੀਰੀ ਦਾ ਉੱਥੀ ਰੇਟ ਹੈ, ਕਣਕ ਜੀਰੀ ਦਾ ਭਾਅ ਉਹੀ ਹੈ। ਹੁਣ ਆਪ ਵੀ ਜਿਸ ਤਰ੍ਹਾਂ ਆਪ ਦਿਹਾੜੀ ਕਰ ਲਉਂਗੇ, ਬਈਏ ਨਹੀਂ ਰੱਖੂੰਗੇ ਜੀ। ਡੀਜ਼ਲ ਮਹਿੰਗਾ ਹੋਇਆ, ਮਤਲਬ ਖੇਤੀ 'ਤੇ ਬਹੁਤ ਜ਼ਿਆਦਾ ਫਰਕ ਪਿਆ ਜੀ। ਹੁਣ ਟਰੈਕਟਰ ਪਹਿਲਾਂ ਚੱਲਦੇ ਤੇ ਹੁਣ ਉਹੀ ਹਲੇ ਰੇੜੇ ਜੋੜਨੇ ਪੈ ਗਏ, ਦੁਬਾਰਾ ਬਲਦ ਤਿਆਰ ਕਰਨੇ ਪੈ ਗਏ ਜੀ। ਇਹਦਾ ਜਿਹੜਾ 3-4 ਨੰਬਰ ਦੀ ਕਮਾਈ ਵਾਲੇ, ਉਹਨਾਂ ਨੂੰ ਫਾਇਦਾ ਜਿਸ ਤਰ੍ਹਾਂ ਮੋਦੀ ਸਰਕਾਰ ਦੀ ਆਪਣੀ ਸਰਕਾਰ ਹੋ ਗਈ, ਬਾਕੀ ਤਾਂ ਜ਼ਿਮੀਂਦਾਰਾਂ ਦਾ ਬੁਰਾ ਹਾਲ ਹੈ ਜੀ। ਮੋਦੀ ਦਾ ਬੇੜਾ ਗਰਕ ਹੋ ਗਿਆ ਚੰਗੀ ਤਰ੍ਹਾਂ, ਲੋਕਾਂ ਨੂੰ ਚੁਰਾਹੇ 'ਤੇ ਲਿਆ ਕੇ ਖੜਾ ਕਰਤਾ, ਕੋਈ ਚੀਜ਼ ਛੱਡੀ ਨਹੀਂ ਜਿਹੜੀ ਜਿੱਥੇ ਟੈਕਸ ਨਾ ਲੱਗਿਆ ਹੋਵੇ। ਹੁਣ ਲੋਕਾਂ ਨੂੰ ਪਤਾ ਨਹੀਂ ਇਹ ਕਿਹੜੇ ਕਿੱਥੇ ਜਾ ਕੇ, ਮੈਨੂੰ ਲੱਗਦਾ 100 ਰੁਪਏ 'ਤੇ ਜਾ ਕੇ ਖਿਲਾਰਨਗੇ ਕਿਤੇ ਜਾ ਕੇ, 100 ਰੁਪਏ ਲੀਟਰ ਮੈਨੂੰ ਲੱਗਦਾ ਇੱਦਾਂ ਹੈ ਜੀ। ਜੋ ਹਾਲਾਤ ਬਣ ਚੁੱਕੇ 100 ਰੁਪਏ ਤੋਂ ਉੱਤੇ ਜਾਣਗੇ, ਔਰ ਆਮ ਆਦਮੀ ਦਾ ਜਿਉਣਾ ਜਿਹੜਾ ਦੁੱਬਰ ਕੀਤਾ ਹੋਇਆ। ਮੈਂ 2 ਰੁਪਏ ਲੀਟਰ ਵੀ ਪੈਟਰੋਲ ਖਰੀਦਿਆ, 2 ਰੁਪਏ ਲੀਟਰ। ਹੁਣ ਕਿੰਨਾ ਫਰਕ ਲੱਗਦਾ ਅੱਜ 85 ਨੇੜੇ ਦੇ ਪੰਜਾਬ ਦੇ ਵਿੱਚ ਹੋਇਆ? ਮੈਂ ਕਹਿੰਦਾ ਗੱਲ ਹੀ ਛੱਡ ਦਿਓ, ਹੁਣ ਤਾਂ ਕੋਈ ਗੱਲ ਕਰਨ ਵਾਲੀ ਰਹਿ ਨਹੀਂ ਗਈ। ਹੁਣ ਜੇ ਲੋਕੀ ਕਰਨਗੇ ਨਾ, ਜੇ ਲੋਕੀ ਲਿਆਉਣਗੇ, ਲੋਕੀ ਮੋਦੀ ਨੂੰ ਸਮਝ ਲਓ ਵੀ ਬੇੜਾ ਗਰਕ ਕਰ ਦੇਸ਼ ਦਾ। ਕੀਮਤਾਂ ਵਧੀ ਜਾਂਦੀਆਂ, ਜਿੱਥੇ ਸਰਦਾ ਨਹੀਂ ਹੁਣ ਗੱਡੀ ਚੱਕਣੀ ਪੈਂਦੀ ਹੈ, ਤੇਲ ਤਾਂ ਪਵਾਣੀ ਪਾਉਣਾ ਜਾਂ ਪਰਿਵਾਰ ਨੇ ਪੂਰੇ ਜਾਣਾ, ਲੇਕਿਨ ਫਰਕ ਤਾਂ ਜਾਣੀ ਜਿੱਥੇ ਪਹਿਲਾਂ 6 ਵਾਰ ਜਾਂਦੇ ਤੇ ਹੁਣ 3-4 ਵਾਰ ਜਾਣਾ ਪੈਂਦਾ, ਸਾਰਲੀ ਦਾ ਫੂਨਾ ਫਾਨਾ ਅਤੇ ਸਾਰਲੀ। ਮੋਦੀ ਸਰਕਾਰ ਨੇ ਤਾਂ ਭੱਠਾ ਗੁੱਲ ਕਰਤਾ ਸਾਰੇ ਪਾਸੇ ਹੀ, 2019 'ਚ ਵੀ ਖਤਮ ਕਰ ਦੇਣਾ ਜੇ ਦੁਬਾਰੇ ਆ ਗਿਆ ਇਹ ਪੈਟਰੋਲ। ਤਾਂ ਭਾਅ ਜੀ ਮੈਂ ਬੋਲਟ ਤੋਂ ਪਲੈਟੀਨਾ ਮੋਟਰਸਾਈਕਲ ਲੈ ਲਿਆ, ਸੱਚ ਕਹਿ ਰਿਹਾ, ਮੈਂ ਬੋਲਟ ਚਲਾਉਂਦਾ ਸੀ, ਬੋਲਟ ਤੋਂ ਪਲੈਟੀਨਾ ਮੋਟਰਸਾਈਕਲ ਲੈ ਲਿਆ। ਬੋਲਟ 'ਚ ਵੀ ਹੁਣ ਇਹ ਚੱਲ ਜਾਂਦਾ 100 ਰੁਪਏ 'ਚ, ਸਾਰੀ ਜਿਹੜੀ ਘੁੰਮੀਆਂ ਨੇ, ਬੋਲਟ ਚੱਲਦਾ ਹੀ ਨਹੀਂ ਸੀ। ਦੇਖੋ ਦਿਨ ਪਰ ਦਿਨ ਵਧੀ ਜਾਂਦਾ, ਪਤਾ ਨਹੀਂ ਗੌਰਮੈਂਟ ਕੀ ਕਰਦੀ ਹੈ, ਕਿੱਧਰ ਧਿਆਨ ਹੈਗਾ, ਇੱਧਰਲੇ ਪਾਸੇ ਦਾ ਧਿਆਨ ਦਿੰਦੇ, ਆਮ ਲੋਕਾਂ ਬਾਰੇ ਸੋਚਦੇ ਹੈ ਨਹੀਂ, ਕੁਛ ਵੀ ਨਹੀਂ ਸੋਚ ਰਹੇ। ਬਿਲਕੁਲ ਜੀ, ਇਹ ਤਾਂ ਇਹ ਆ ਕਿ ਗੌਰਮੈਂਟ ਨੂੰ ਚਾਹੀਦਾ ਥੋੜ੍ਹਾ ਬਹੁਤਾ ਰੇਟ ਜਿਹੜਾ ਉਹ ਘੱਟ ਕਰੇ, ਕਿਉਂਕਿ ਆਮ ਲੋਕ ਜਿਹੜੇ ਆ, ਅਸੀਂ ਚਲੋ ਫਿਰ ਵੀ ਇਹ ਆ ਕਿ ਚਲੋ ਅਫੋਰਡ ਕਰ ਰਹੇ, ਜਿਹੜੇ ਆਮ ਗਰੀਬ ਲੋਕ ਆ ਉਹਨਾਂ ਵਾਸਤੇ, ਬੱਚਿਆਂ ਵਾਸਤੇ ਸਕੂਲ ਜਿਹੜੇ ਬੱਚੇ ਰੂਟੀਨ 'ਚ ਜਾ ਰਹੇ, ਉਹਨਾਂ ਵਾਸਤੇ ਬਹੁਤ ਪ੍ਰੋਬਲਮ ਆ। ਮੇਰਾ 1 ਮਹੀਨੇ ਦਾ ਤਕਰੀਬਨ 1000 ਰੁਪਏ ਦਾ ਪੈ ਜਾਂਦਾ, ਬਜਟ 'ਤੇ ਫਰਕ ਪੈਂਦਾ ਨੈਚੁਰਲੀ ਜੀ। ਪਹਿਲਾਂ ਜਿਹੜਾ ਸੀ ਸਾਡਾ 500 ਚੱਲਦਾ ਸੀ, ਹੁਣ 1000 ਰੁਪਏ 'ਚ ਚੱਲ ਰਿਹਾ। ਔਰ ਜੋ ਇਸ ਟਾਈਮ ਤੇਲ ਕੇ ਭਾਅ ਜੋ ਇਤਨੇ ਆਸਮਾਨ ਛੂ ਰਹੇ ਹੈ, ਇਸ ਕੇ ਉੱਪਰ ਜੋ ਹੈ ਗੌਰਮੈਂਟ ਕੋ ਧਿਆਨ ਦੇਣਾ ਚਾਹੀਏ। ਬਹੁਤ ਮਤਲਬ ਐਸੇ ਕਿ ਪਰੇਸ਼ਾਨੀ ਬਹੁਤ ਹੈ, ਕਿਉਂਕਿ ਆਗੇ ਸੇ ਬਜਟ ਕਾਫੀ ਹਿਲ ਚੁੱਕਾ ਹੈ, ਔਰ ਇਸ ਕੇ ਉੱਪਰ ਗੌਰਮੈਂਟ ਕੋ ਪੂਰਾ ਧਿਆਨ ਦੇਣਾ ਚਾਹੀਏ, ਕਿਉਂਕਿ ਆਜ ਤੱਕ ਕਭੀ 70 ਰੁਪਏ ਸੇ ਉੱਪਰ ਮਤਲਬ ਡੀਜ਼ਲ ਆਜ ਤੱਕ ਕਭੀ ਨਹੀਂ ਗਿਆ, ਲੇਕਿਨ ਇਹ ਫਸਟ ਟਾਈਮ ਜਾ ਰਹਾ ਹੈ, ਲੇਕਿਨ ਗੌਰਮੈਂਟ ਕੋ ਇਸ ਕੇ ਉੱਪਰ ਧਿਆਨ ਦੇਣਾ ਚਾਹੀਏ। ਗੌਰਮੈਂਟ ਫੇਲੀਅਰ, ਗੌਰਮੈਂਟ ਫੇਲੀਅਰ, ਆਮ ਗੱਡੀਆਂ ਦੇ ਕੋਈ ਪ੍ਰਭਾਵ ਨਹੀਂ ਪਿਆ, ਅਤੇ ਪੈਣਾ ਵੀ ਨਹੀਂ, ਜੇ ਲੋੜ ਆ ਉਹ ਯੂਜ਼ ਕਰੇਗਾ। ਕਿਆ ਬਤਾਏ ਸਰ, ਬੜੀ ਜਾ ਰਹੇ ਦਿਨ ਬ ਦਿਨ, ਔਰ ਕਿਆ ਬਤਾਏ, ਪਰੇਸ਼ਾਨੀ ਹੈ, ਗੱਡੀ ਤੋਂ ਚਲਾਉਣੀ ਹੈ, ਲੇਕਿਨ ਪੜਾ ਹੀ ਹੈ ਸਰ ਫਰਕ ਤੋਂ ਬਜਟ ਪੇ, ਬਾਕੀ ਚੀਜ਼ੋਂ ਮੈਂ ਹਮਕੋ ਐਕਸਪੈਂਡੀਚਰ ਆਪਣਾ ਥੋੜ੍ਹਾ ਕਮ ਕਰਨਾ ਪੜ ਗਿਆ, ਕਿਉਂਕਿ ਗਾੜੀ ਕੇ ਬਿਨਾ ਤੋਂ ਚੰਡੀਗੜ੍ਹ ਜੈਸੀ ਜਗ੍ਹਾ ਮੈਂ ਕਾਮ ਹੈ ਹੀ ਨਹੀਂ। ਚੀਜ਼ੇ ਮਹਿੰਗੀ ਹੋ ਰਹੀ ਹੈ ਤਾਂ ਇਸਕੇ ਸਾਥ ਸੈਲਰੀ ਵੀ ਤਾਂ ਬੜਾਨੀ ਸੀ ਨਾ ਇਨਕੋ, ਜਾਂ ਤਾਂ ਸੈਲਰੀ ਬੜਾ ਉਸ ਵਿੱਚ ਚੀਜ਼ਾਂ ਮਹਿੰਗੀ ਕਰੋ, ਕੋਈ ਫਰਕ ਨਹੀਂ ਪੜਦਾ, ਸੈਲਰੀ ਉਤਨੀ ਹੈ, ਮਹਿੰਗਾਈ ਵੱਧਦੀ ਜਾ ਰਹੀ ਹੈ, ਫਿਰ ਹਮਕੋ ਤਾਂ ਮੁਸ਼ਕਿਲ ਹੀ ਪੜ ਰਹੀ ਹੈ ਨਾ ਸਰ। ਮੋਦੀ ਸਰਕਾਰ ਕਹਿ ਸਕਦਾ ਨਹੀਂ ਕਰ ਪਾਏਗੀ, ਲੋਕਾਂ ਦਾ ਕੁਛ ਕਹਿ ਨਹੀਂ ਸਕਦਾ, ਵੋਟ ਕਰੇਗੇ ਕਿ ਨਹੀਂ ਕਰੇਗੇ। ਬਹੁਤ ਮਹਿੰਗਾਈ ਵੱਧ ਰਹੀ ਹੈ ਹੁਣ ਤਾਂ, ਪੈਟਰੋਲ ਡੀਜ਼ਲ ਸਭ ਦੀਆਂ ਕੀਮਤਾਂ ਵੱਧ ਰਹੀਆਂ, ਬਹੁਤ ਮੁਸ਼ਕਿਲ, ਜਿਹੜੇ ਮੀਡੀਓਕਰ ਹੈ ਉਹਨਾਂ ਲਈ ਤਾਂ ਬਹੁਤ ਮੁਸ਼ਕਿਲ ਹੋ ਰਹੀ, ਬਹੁਤ ਡਰ ਲੱਗਦਾ ਜੀ, ਬੱਚਿਆਂ ਦਾ ਫਿਊਚਰ ਕੁਛ ਨਹੀਂ ਦਿਖਾਈ ਦਿੰਦਾ ਅੱਗੇ,
ਮਹਿੰਗਾਈ ਵੱਧ ਰਹੀ ਹੈ, ਬਸ ਕਿਸੇ ਪਾਸੇ ਨੌਕਰੀਆਂ ਨਹੀਂ ਮਿਲ ਰਹੀਆਂ ਬੱਚਿਆਂ ਨੂੰ, ਕੁਛ ਨਹੀਂ ਦਿਖਾਈ ਦੇ ਰਿਹਾ। ਕਰਪਸ਼ਨ ਇੰਨੀ ਹੈ, ਕਿਸੇ ਦਫ਼ਤਰ 'ਚ ਜਾਓ ਕੰਮ ਨਹੀਂ ਹੁੰਦਾ, ਕੰਮ ਇੰਨੇ ਇੱਕ ਫਾਈਲ ਨੂੰ ਮਹੀਨੇ ਲੰਘ ਜਾਂਦੇ, ਸਾਲ ਲੰਘ ਜਾਂਦੇ, ਕੋਈ ਫਾਈਲ ਨਹੀਂ ਨਿਕਲਦੀ, ਕੋਈ ਦਿਸੇ ਅਜੇ ਤੱਕ ਤਾਂ ਕੋਈ ਅੱਛੇ ਦਿਨ ਦਿਖਾਈ ਨਹੀਂ ਦਿੰਦੇ, ਕੁਛ ਨਜ਼ਰ ਨਹੀਂ ਆ ਰਿਹਾ, ਅੱਜ ਤਾਂ ਹਨੇਰਾ ਹੀ ਹਨੇਰਾ ਦਿਖਾਈ ਦੇ ਰਿਹਾ ਚਾਰੇ ਪਾਸੇ। ਪੈਟਰੋਲ ਤਾਂ ਮਹਿੰਗਾ ਹੋਇਆ ਹੈ ਜੀ, ਇਹ ਭਾਰ ਤਾਂ ਬਹੁਤ ਪੈ ਰਿਹਾ, ਪਰ ਕੀ ਕਰੀਏ, ਪਾਉਣਾ ਤਾਂ ਪੈਣਾ। ਸਰ ਇਹੀ ਤਾਂ ਸਰਕਾਰ ਦੀ ਕੀਤਾ ਗਲਤੀ, ਉਹ ਭਾਰੀ ਜੀ ਰੇਟ ਕਹਿ ਰਹੇ ਸੀ, ਜਿੰਨੇ ਵਾਅਦੇ ਕਰੇ ਸੀ ਪੂਰੇ ਨਹੀਂ ਹੋਏ ਹੁਣ ਤੱਕ। ਹਾਂਜੀ ਹਾਂ, ਕਾਫੀ ਫਰਕ ਪੈ ਰਿਹਾ, ਆਮ ਪਬਲਿਕ ਦੀ ਜੇਬ 'ਤੇ ਫਰਕ ਪੈ ਰਿਹਾ, ਤਾਂ ਮੋਦੀ ਸਰਕਾਰ ਨੂੰ ਤਾਂ ਪਤਾ ਨਹੀਂ ਹੈਗਾ ਸੀ, ਆ ਨਹੀਂ ਸਕਦੀ ਸਰ, ਅੱਗੇ ਨਹੀਂ ਆਉਂਦੀ। ਸਰ ਜੀ ਜ਼ਿਆਦਾ ਤਾਂ ਨਹੀਂ, ਨੋਰਮਲ ਹੀ ਆ। ਹਾਂਜੀ ਹਾਂਜੀ ਸਰ, ਇੱਦਾਂ ਤਾਂ ਵਧਣਾ ਹੀ ਆ ਰੇਟ, ਹਰ ਚੀਜ਼ ਦਾ ਵਧਣ ਦਿਆ, ਅਤੇ ਪੈਟਰੋਲ ਦਾ ਵੀ ਵਧੇਗਾ ਜੀ ਥੋੜ੍ਹਾ ਬਹੁਤਾ ਜਾ। ਸਰ ਜੀ ਜੇ ਆ GST ਹੋ ਗਿਆ ਤਾਂ ਫਿਰ ਤਾਂ ਹੋ ਜਾਏਗਾ ਕੰਟਰੋਲ 'ਚ, ਨਹੀਂ ਤਾਂ ਫਿਰ ਟੈਕਸ ਤਾਂ ਪੈਣਾ ਹੀ ਪੈਣਾ ਹਰ ਚੀਜ਼ 'ਤੇ ਪੈਂਦੇ। ਬਹੁਤ ਨੁਕਸਾਨ ਹੈ ਸਰ, ਮੀਡੀਅਮ ਕਲਾਸ ਬੰਦੋ ਕੇ ਲਈ ਤਾਂ ਬਹੁਤ ਨੁਕਸਾਨ ਹੈ ਸਰ, ਬਹੁਤ ਕਾ ਫਰਕ ਪੜ ਰਿਹਾ ਸਰ, ਕਹੀਂ ਨਾ ਕਹੀਂ ਤਾਂ ਹੈ ਦਿੱਕਤ ਸਰ, ਕਹਾਂ ਆਇਆ ਅਭੀ ਤੱਕ ਅੱਛੇ ਦਿਨ ਸਰ, ਬਿਲਕੁਲ ਨਹੀਂ ਆਇਆ। ਕਹਿਣਾ ਤਾਂ ਇਹੀ ਚਾਹੁੰਦੇ ਹਾਂ ਵੀ ਯਾਰ ਬਾਹਲੀ ਮਹਿੰਗਾਈ ਬਾਹਲੀ ਹੈ, ਥੋੜ੍ਹਾ ਸਰਕਾਰ ਨੂੰ ਸੋਚਣਾ ਚਾਹੀਦਾ, ਬਹੁਤ ਫਰਕ ਪੈਂਦਾ ਜੀ, ਬਜਟ ਆਊਟ ਆਫ ਬਜਟ ਹਿੱਲ ਜਾਂਦਾ ਜੀ ਬੰਦੇ ਦਾ, ਖਰਚੇ ਪੂਰੇ ਕਰਨੇ ਔਖੇ ਆ ਜੀ। 3-50 ਪੈਸੇ ਘਟਾਉਂਦੇ ਆ ਜੀ, 25 ਪੈਸੇ 4 ਰੁਪਏ ਇਕੱਠੇ ਹੀ ਵਧਾ ਦਿੰਦੇ ਆ, ਹੋ ਗਿਆ ਜੀ ਫਿਰ, ਹੋਰ ਫਿਰ ਮਹਿੰਗਾਈ ਝੱਲਦੇ ਜਾਵਾਂਗੇ ਜੀ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ, ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ, ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ 5:30 ਬੈਂਡ, 5:30 ਬੈਂਡ ਥੋੜੇ ਹੁੰਦੇ, ਚੱਲ ਚੱਲ 5:30 ਬੈਂਡ ਨਾਲ ਸਿਡਨੀ ਦੀ, ਚੱਲ ਚਲੋ ਆਸਟ੍ਰੇਲੀਆ। ਜਾਣਾ ਤਾਂ ਮੈਲਬੋਰਨ ਆ, ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ, ਚਲੋ ਵੀ ਚਲੋ ਸਿਡਨੀ ਜਾਣਾ, ਪਰ ਗੈਪ 2 ਸਾਲਾਂ ਦਾ, 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ, ਮੈਲਬੋਰਨ ਜਾਣਾ ਜੀ, ਪਰ 51% ਆਏ, ਉਹ 50 ਵੀ ਚੱਲਣਗੇ, ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ, ਕਾਲਾ ਕਿਉਂ ਪੈਣਾ? ਉਹ ਕਾਲੇ ਤਾਂ ਪੈਣਾ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 7374-75, ਸੈਕਟਰ 17D, ਚੰਡੀਗੜ੍ਹ, ਕੰਟੈਕਟ 0181-5044-999।